سونے اعلان کر دیو. فرمایا سابقو الی مغفرت من ربکم, سابقو الی مغفرت من ربکم و جنت ارضها کا ارض السماء والارض عدت للذین آمنوا باللہ و رسلہ لعلک فضل اللہ یعطیہ من یشاء واللہ ذو الفضل العظیم. اللہ فرماندے نے جنت دے اندر جان اندر ایک دوجے تو پہل کرو, سبقتاں کر لو, جنت دیاں تیاریاں کر لو, ایک دوجے دے اگے دوڑاں لا دیو. جنت دے اندر جانا ہے نا, ایک دوجے تو اگے اگے جان دیاں کوششاں کرو, ایک دوجے تو اگے اگے ودھن دیاں کوششاں کرو. وہ جنت جے دیاں چڑائیاں زمین و آسمان دے خلا دے برابر ہے, انہاں لوکاں واسطے تیار کیتیاں نے جڑے لوکی اللہ تے اودے رسولاں نال ایمان لے آندے. ذالک فضل اللہ یعطیہ من یشاء, یہ اللہ دا فضل ہے, اللہ جنوں چاہندا ہے الاٹ کر دیندا ہے. واللہ ذو الفضل العظیم. اللہ اللہ میں قربان جاواں, آؤ میں قرآن دے ایک اور مقام پڑھنا چاہنا. فرمایا وَإِذَا رَأَيْتَ ثَمَّ رَأَيْتَ نَعِيمًا وَمُلْكًا كَبِيرًا. اوئے جنت دیاں نعمتاں سنیا سنایا پتہ نہیں لگنا, جدوں جا کے جنت دیاں نعمتاں ویکھو گے پھر تانوں پتہ لگے گا جنت دیاں نعمتاں کنیاں نے تے سلطنت کتنی بڑی ہے. بسم اللہ الرحمن الرحیم. وسارعوا الی مغفرة من ربکم وجنة ارضها السماوات والارض اعدت للمتقين الذين ينفقون في السراء والضراء والكاظمين الغيظ والعافين عن الناس والله يحب المحسنين. اللہ رب رحمان ذوالجلال والاکرام دی حمد و ثنا دے بعد بے شمار لا تعداد درود و سلام آمینہ دے لال پیغمبر بے مثال محبوب رب ذوالجلال شفیع المسنبین رحمت للعالمین سیدنا و امامنا محمد الرسول اللہ صلی اللہ علیہ وآلہ وصحبہ وسلم واسطے ایک دور سی کہ لوگ اپنے رب تو بیگانے ہو کے بتاں دے نام اپنا آپ لا چھڑے,
ਬੱਚੀਆਂ ਨੂੰ ਜ਼ਿੰਦਾ ਦਰਗੋਰ ਕਰ ਰਹੇ ਨੇ, ਬੇਵਾ ਤੇ ਯਤੀਮ ਦੇ ਹੱਕ ਮਾਰ ਰਹੇ ਨੇ, ਲੜਾਈਆਂ ਨੇ, ਝਗੜੇ ਨੇ, ਬਦਕਾਰੀਆਂ ਨੇ, ਸ਼ਰਾਬ ਦੇ ਹਰ ਕਿਸਮ ਦਾ। ਮੈਂ ਤਾਂ ਕਹਾ ਕਰਨਾ ਉਹ ਬੁਰਾਈ ਬੁਰਾਈ ਨਹੀਂ ਜਿਹੜੀ ਅਰਬ ਮੁਆਸ਼ਰੇ ਅੰਦਰ ਨਹੀਂ ਪਾਈ ਗਈ ਉਸ ਦੌਰ ਅੰਦਰ। ਫਿਰ ਆਮਿਨਾ ਦੇ ਲਾਲ ਪਾਕ ਅਲੀ ਸਲਾਮ ਆਏ, ਕਿਹੜੀ ਚੀਜ਼ ਜਿਹੜੀ ਉਹਨਾਂ ਲੋਕਾਂ ਨੂੰ ਦਿਖਾਈ ਗਈ, ਕਿਹੜੀ ਚੀਜ਼ ਦੇ ਮੁਤਾਲਿਕ ਉਹਨਾਂ ਦੇ ਨਾਲ ਵਾਅਦੇ ਕੀਤੇ ਗਏ। ਸ਼ਰਾਬ ਨੂੰ ਭੁੱਲ ਗਏ, ਬੇਰਾਹਵਰੀ ਭੁੱਲ ਗਏ, ਰਾਹਜ਼ਨੀ ਭੁੱਲ ਗਏ, ਇੱਜ਼ਤਦਰੀ ਭੁੱਲ ਗਏ, ਬਦਕਾਰੀ ਦਾ ਅੱਡਾ ਭੁੱਲ ਗਏ, ਸ਼ਰਕ ਭੁੱਲ ਗਏ। ਇੱਥੇ ਹੀ ਬਸ ਨਹੀਂ, ਜਿਨ੍ਹਾਂ ਨੇ ਅੰਗ ਅੰਗ ਕਟਵਾ ਦਿੱਤਾ, ਬੀਵੀ ਬੱਚੇ ਲੁਟਾ ਦਿੱਤੇ, ਘਰ ਬਾਰ ਲੁਟਾ ਦਿੱਤਾ। ਅਗਰ ਅਹਾਦੀਸ ਦਾ ਮੁਤਾਲਿਆ ਕੀਤਾ ਜਾਏ, ਕੁਰਾਨ ਦਾ ਮੁਤਾਲਿਆ ਕੀਤਾ ਜਾਏ, ਇੱਕ ਹੀ ਚੀਜ਼ ਸਮਝ ਵਿੱਚ ਆਉਂਦੀ ਹੈ। ਉਹਨਾਂ ਨੂੰ ਮੇਰੇ ਪਾਕ ਪੈਗੰਬਰ ਅਲੈਹਿਸ ਸਲਾਮ ਨੇ ਜੰਨਤ ਦਾ ਨਕਸ਼ਾ ਦਿਖਾਇਆ ਔਰ ਜਹੰਨਮ ਤੋਂ ਡਰਾਇਆ। ਜਿੱਤੇ ਨਬੀ ਆਏ, ਹਰ ਨਬੀ ਦੇ ਮੁਤਾਲਿਕ ਪੜ੍ਹੋ, ਹਰ ਨਬੀ ਬਸ਼ੀਰ ਬਣ ਕੇ ਆਇਆ, ਨਜ਼ੀਰ ਬਣ ਕੇ ਆਇਆ। ਜੰਨਤ ਦੀ ਬਸ਼ਾਰਤ, ਜਹੰਨਮ ਤੋਂ ਡਰਾਉਣਾ, ਰੱਬ ਦੀ ਰਜ਼ਾ ਦੀ ਖੁਸ਼ਖਬਰੀ, ਰੱਬ ਦੀ ਨਾਰਾਜ਼ਗੀ ਤੋਂ ਡਰਾਉਣਾ। ਔਰ ਆਮਿਨਾ ਦੇ ਲਾਲ ਆਏ, ਯਾ ਅਯੂਹ ਨਬੀਓ ਇਨਾ ਅਰਸਲਨਾਕਾ ਸ਼ਾਹਿਦਨ ਵਾ ਮੁਬਸ਼ਿਰਨ ਵਾ ਨਜ਼ੀਰਾ ਵਾ ਦਾਈਅਨ ਇਲੱਲਾ। ਅੱਲਾਹ ਦੀ ਦਾਵਤ, ਜੰਨਤ ਦੀ ਦਾਵਤ, ਸਵਾਬ ਦੇ ਹਸੂਲ ਦੀ ਦਾਵਤ। ਔਰ ਅਸੀਂ ਉਹਨਾਂ ਸਿਹਾਬਾਂ ਨੂੰ ਸਾਰੇ ਸਿਹਾਬਾਂ ਚੋਂ ਅਫਜ਼ਲ ਸਮਝਦੇ ਹਾਂ, ਜਿਹਨਾਂ ਨੂੰ ਅਸ਼ਰਾ ਮੁਬਸ਼ਰਾ ਕਿਹਾ ਜਾਂਦਾ ਹੈ। ਕੀ ਖੂਬੀ ਹੈ, ਅਬੂ ਬਕਰਨ ਫਿਲ ਜੰਨਾ ਵਾ ਉਮਰ ਫਿਲ ਜੰਨਾ ਵਾ ਉਸਮਾਨ ਫਿਲ ਜੰਨਾ ਵਾ ਅਲੀ ਫਿਲ ਜੰਨਤ ਦੀ ਬਸ਼ਾਰਤ। ਔਰ ਨਬੀ ਰਹਿਮਤ ਕੋਲ ਬੀਬੀ ਆਈ, ਸੁਣਿਓ ਬਿਮਾਰ ਆ, ਤੜਪਨੀ ਆ, ਮੇਰੇ ਲਈ ਦੁਆ ਕਰਦੇ ਹੋ? ਫਰਮਾਇਆ ਦੁਆ ਕਰਾਂਗਾ, ਉਮੀਦ ਹੈ ਅੱਲਾ ਸਿਹਤ ਵੀ ਦੇਗਾ, ਇਨ ਸਬਰ ਦੀ ਵਾਲਾ ਕਿਲ ਜੰਨਾ। ਅਗਰ ਸਬਰ ਕਰੇ ਤੇ ਜੰਨਤ ਦਾ, ਮੈਂ ਮੁਹੰਮਦ ਜ਼ਾਮੇ ਨਾ ਸੱਲੱਲਾਹੁ। ਇੰਜ ਨਹੀਂ, ਇਹ ਨਬੀ ਰਹਿਮਤ ਨੇ ਫਰਮਾਇਆ। ਇਹ ਵੀ ਗੱਲ, ਜਿਹੜਾ ਬੰਦਾ ਨਬੀ ਦਾ ਨਾਮ ਸੁਣ ਕੇ ਦਰੂਦ ਨੂੰ ਅਹਿਮੀਅਤ ਨਹੀਂ ਦਿੱਤੀ, ਸਮਝ ਲਓ ਜੰਨਤ ਦਾ ਰਾਹ ਭੁੱਲ ਗਿਆ। ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ। ਉਹਨੇ ਕਿਹਾ ਸੋਹਣਿਆ, ਬਿਮਾਰੀ ਬਰਦਾਸ਼ਤ ਦੇ, ਜਿੰਨੀ ਜ਼ਿੰਦਗੀ ਹੈ ਬਿਮਾਰੀ ਝੱਲਾਂਗੀ, ਤੁਸੀਂ ਜੰਨਤ ਦੀ ਜ਼ਮਾਨਤ ਦੇ। ਬਹੁਤ ਸਾਰੀਆਂ ਹਦੀਸਾਂ ਨੇ, ਅਗਰ ਮੈਂ ਇੱਕ ਇੱਕ ਨੂੰ ਪੜ੍ਹਾਂ, ਤਮਹੀਦ ਅੰਦਰ ਹੀ ਕਈ ਖੁਤਬੇ ਲੱਗ ਜਾ। ਬਾਤ ਜੰਨਤ ਦੀ ਕਰਾਂਗਾ, ਉਹ ਜੰਨਤ ਕੀ ਹੈ? ਮੈਂ ਤੁਸਾਂ ਨਾਲ ਵਾਅਦਾ ਕੀਤਾ ਸੀ ਔਰ ਚਲਾ ਰਿਹਾ ਵਾਂ, ਇਨਸ਼ਾਅੱਲਾ ਅੱਜ ਜੰਨਤ ਦਾ ਹਦੂਦ ਰਬਾ ਦੱਸਣਾ ਤੇ ਜੰਨਤ ਦੀਆਂ ਮੰਜ਼ਲਾਂ, ਦੋ ਮੇਰੀਆਂ ਗੱਲਾਂ ਨੇ ਅੱਜ ਦੇ ਖੁਤਬਾ ਜੁਮਾ ਅੰਦਰ। ਇਨਸ਼ਾਅੱਲਾ ਜੰਨਤ ਇੱਕ ਇੱਕ ਕਰਕੇ ਮੈਂ ਕੋਸ਼ਿਸ਼ ਕਰਾਂਗਾ ਨਕਸ਼ਾ ਫਿੱਟ ਕਰਦੇ ਆ। ਅੱਲਾ ਤੌਫੀਕ ਅਤਾ ਫਰਮਾਏ, ਕੁਰਾਨ ਓ ਸੁਨਤ ਨੂੰ ਸੁਣਨ ਦੀ, ਸਮਝਣ ਦੀ, ਅੱਲਾ ਅਮਲ ਦੀ ਤੌਫੀਕ ਅਤਾ ਫਰਮਾਏ। ਗੌਰ ਫਰਮਾਣਾ, ਜੰਨਤ ਜੰਨਤ ਏ, ਅੱਲਾ ਸਾਨੂੰ ਸਾਰਿਆਂ ਨੂੰ ਨਸੀਬ ਫਰਮਾਏ। ਫਰਮਾਇਆ ਅਮ ਹਸੀਬਤੁਮ ਅਨ ਤਦਖੁਲੁਲ ਜੰਨਾ, ਤੁਸੀਂ ਜੰਨਤ ਸੁਣ ਕੇ ਜੰਨਤ ਤੇ ਜਾਣਾ ਚਾਹੁੰਦੇ ਹੋ? ਤੁਹਾਨੂੰ ਨਹੀਂ ਪਤਾ ਤੁਹਾਡੇ ਤੋਂ ਪਹਿਲੇ ਲੋਕ ਜੰਨਤ ਦੇ ਹਸੂਲ ਵਾਸਤੇ ਅੰਗ ਅੰਗ ਕਟਵਾਇਆ। ਇੱਥੋਂ ਨਾ ਜ਼ਰਾ ਪਿੱਛੋਂ ਮੈਕ ਦੀ ਥੋੜ੍ਹੀ ਆਵਾਜ਼ ਖੋਲੋ, ਮੀਂਹ ਪਿੱਛੇ ਕਰਨਾ ਆਵਾਜ਼ ਘੱਟ। ਜੰਨਤ ਦਾ ਨਕਸ਼ਾ ਸਿਹਾਬਾ ਨੇ ਵੇਖਿਆ, ਤੜਪ ਉੱਠੀ। ਫਰਮਾਇਆ ਤੁਸੀਂ ਕੀ ਸੋਚਿਆ, ਜੰਨਤ ਇੰਜੀ ਹੈ? ਤੁਹਾਡੇ ਤੋਂ ਪਹਿਲੇ ਲੋਕਾਂ ਨੇ ਅੰਗ ਅੰਗ ਕਟਵਾਇਆ, ਆਪਣਾ ਆਪ ਲੁਟਾ ਦਿੱਤਾ, ਮਾਲ ਜਾਨ ਲੁਟਾ ਦਿੱਤਾ, ਕਾਹਦੇ ਲਈ? ਉੱਚੀ ਬੋਲੋ, ਅੱਲਾ ਜਿਹੜਾ ਬੋਲੇ ਉਹਦੇ ਨਾਂ ਹੁਣੇ ਲਿਖਦੇ, ਕਾਹਦੇ ਲਈ? ਦੁਆ ਨਾ ਕਰੀਏ? ਨਬੀ ਰਹਿਮਤ ਨੇ ਫਰਮਾਇਆ, ਜਿਹੜਾ ਤਿੰਨ ਵਾਰੀ ਜੰਨਤ ਮੰਗ ਲਿਆ ਨਾ, ਜੰਨਤ ਆਪ ਆਉਂਦੀ ਹੈ ਕਿ ਅੱਲਾ ਮੈਨੂੰ ਇਹਦੇ ਨਾਂ ਲਿਖ ਦੇ।
ਜਿਹੜਾ ਦਿਨ ਵਾਰੀ ਜਹਨਮ ਤੋਂ ਪਨਾਹ ਮੰਗ ਲੈ, ਜਹਨਮ ਆਉਂਦੀ ਹੈ ਅੱਲਾ ਮੈਨੂੰ ਇਹਦੇ ਕੋਲੋਂ ਬਚਾ ਲੈ, ਇਹਨੂੰ ਮੇਰੇ ਕੋਲ ਬਚਾ ਲੈ, ਤੇ ਦੁਆ ਕਰਨ ਲੱਗਾ, ਆਮੀਨ ਦੀ ਗੂੰਜ ਪਾ ਦਿਓ, ਅੱਲਾਹੁਮਾ ਇਨਾ ਨਸ ਆਲੂ ਕਲ ਜੰਨਤ ਅਲ ਫਿਰਦੌਸ ਵਨਊਜ਼ੁ ਬਿਕਾ ਮਿਨ ਅਜ਼ਾਬਿਨ ਨਾਰ, ਅੱਲਾਹੁਮਾ ਇਨਾ ਨਸ ਆਲੂ ਕਲ ਜੰਨਤ ਅਲ ਫਿਰਦੌਸ ਵਨਊਜ਼ੁ ਬਿਕਾ ਮਿਨ ਅਜ਼ਾਬਿਨ ਨਾਰ, ਅੱਲਾਹੁਮਾ ਇਨਾ ਨਸ ਆਲੂ ਕਲ ਜੰਨਤ ਅਲ ਫਿਰਦੌਸ ਵਨਊਜ਼ੁ ਬਿਕਾ ਮਿਨ ਅਜ਼ਾਬਿਨ ਨਾਰ। ਉਮੀਦ ਹੈ, ਯਕੀਨ ਹੈ, ਈਮਾਨ ਹੈ ਨਬੀ ਦੀ ਜ਼ੁਬਾਨ ਤੇ, ਇਨਸ਼ਾਅੱਲਾ ਇਨਸ਼ਾਅੱਲਾ ਸੁਪਾ ਇਨਸ਼ਾਅੱਲਾ, ਜਿਹਦਾ ਅਕੀਦਾ ਦਰੁਸਤ ਹੈ ਅੱਲਾ ਨੇ ਜੰਨਤ ਉਹਦੇ ਨਾਲ ਲਿਖ ਦਿੱਤੀ। ਕੋਲੋਂ ਤੇ ਗੱਲ ਨਹੀਂ ਨਾ, ਨਬੀ ਰਹਿਮਤ ਨੇ ਫਰਮਾਇਆ ਦੁਆ ਤੇ ਕਰ ਹੀ ਰਹੇ ਆ, ਦੁਆ ਕਰੋ ਅੱਲਾ ਜਿੰਨੇ ਅਵਲ ਵਕਤ ਅੰਦਰ ਇੱਥੇ ਆਏ ਨੇ ਜੰਨਤ ਦੀਆਂ ਫਰੰਟ ਸੀਟਾਂ ਉਹਨਾਂ ਦੇ ਨਾਂ ਲਿਖ ਦੇ, ਜੰਨਤ ਦੀਆਂ ਫਰੰਟ ਜਨਾਬ ਗਲੀਆਂ ਤੇ ਮਹੱਲੇ ਉਹਨਾਂ ਦੇ ਨਾਂ ਅਲਾਟ ਕਰਦੇ। ਅੱਲਾ ਬੈਤੁੱਲਾ ਚ ਫਰੰਟ ਸੀਟਾਂ ਤੇ ਨਮਾਜ਼ਾਂ ਨਸੀਬ ਫਰਮਾ, ਤਵਾਫ ਤੇ ਇਤਕਾਫ ਨਸੀਬ ਫਰਮਾ, ਬਿਮਾਰ ਨੇ ਤੇ ਸਿਹਤ ਅਤਾ ਫਰਮਾ, ਅੱਲਾ ਮਕਰੂਜ਼ ਨੇ ਤੇ ਕਰਜ਼ੇ ਦੂਰ ਫਰਮਾ ਦੇ, ਬੇਰੋਜ਼ਗਾਰ ਨੇ ਤੇ ਚੰਗਾ ਰੋਜ਼ਗਾਰ ਦੇ ਦੇ, ਬੇ ਔਲਾਦ ਨੇ ਤੇ ਔਲਾਦਾਂ ਦੇ ਛੱਡ, ਔਲਾਦਾਂ ਦਿੱਤੀਆਂ ਨਹੀਂ ਮਾਪਿਆਂ ਦੀਆਂ ਅੱਖਾਂ ਦੀ ਠੰਡਕ ਬਣਾ ਦੇ। ਅੱਲਾ ਫਲਸਤੀਨ ਦੇ ਮੁਸਲਮਾਨਾਂ ਦੀ ਮਦਦ ਫਰਮਾ, ਰੌਜ਼ਾ ਤੁਮ ਮਿਲ ਰਿਹਾ ਹਿਲ ਜੰਨਾ ਦੇ ਨਫਲ ਨਸੀਬ ਫਰਮਾ, ਅੱਲਾ ਜ਼ਿੰਦਗੀ ਸ਼ਾਨ ਵਾਲੀ ਦੇ ਦੇ, ਮੌਤ ਈਮਾਨ ਵਾਲੀ ਨਸੀਬ ਫਰਮਾ। ਲੋ ਪਰਵਾਨਿਓ, ਜੰਨਤ ਦੀ ਲੰਬਾਈ ਚੁੜਾਈ ਹਦੂਦ ਰੱਬ ਤਵੱਜੋ ਕਰਨਾ, ਲੋ ਕੁਰਾਨੇ ਪਾਕ ਦੀ ਜ਼ਿਆਰਤ ਕਰ ਲਓ, ਕੁਰਾਨ ਦਾ ਮੁਤਾਲਿਆ ਕਰੋ, ਕੁਰਾਨੇ ਪਾਕ ਨੂੰ ਸੁਣੋ ਤੇ ਸਮਝੋ, ਸਿਪਾਰਾ ਨਿਕਲ ਆਇਆ ਹੈ ਤੀਸਰਾ ਔਰ ਸੂਰਾ ਆਲੇ ਇਮਰਾਨ ਹੈ, ਰੱਬੁਲ ਆਲਮੀਨ ਦਾ ਕੁਰਾਨ ਇਸ ਬਾਤ ਦਾ ਐਲਾਨ, ਸਿਪਾਰਾ ਚੌਥਾ ਹੈ ਔਰ ਸੂਰਾ ਆਲੇ ਇਮਰਾਨ ਹੈ, ਰੱਬੁਲ ਆਲਮੀਨ ਦਾ ਕੁਰਾਨ ਇਸ ਬਾਤ ਦਾ ਐਲਾਨ ਕਰਦਾ ਹੈ। ਅੱਲਾ ਫਰਮਾਉਂਦੇ ਨੇ ਵਸਾਰਿਓ ਇਲਾ ਮਗਫਿਰਤਿਨ ਮਿਰ ਰੱਬਿਕੁਮ ਵਜੰਨਾ ਅਰਜ਼ੁਹ ਸਮਾਵਾਤੁ ਵਲ ਅਰਜ਼ ਉਇੱਦਤ ਲਿਲ ਮੁਤਕੀਨ ਅੱਲਦੀਨਾ ਯੁਨਫਿਕੂਨਾ ਫਿਸਰਾਇ ਵਜ਼ਰਾਇ ਵਲ ਕਾਜ਼ਮੀਨ ਅਲ ਗੈਜ਼ਾ ਵਲ ਕਾਜ਼ਮੀਨ ਅਲ ਗੈਜ਼ਾ ਵਲ ਆਫੀਨ ਅਨਿਨਾਸ ਵੱਲਾਹੁ ਯੁਹਿੱਬੁਲ ਵਾ ਕੁਰਾਨ ਤੇਰੀ ਅਜ਼ਮਤ ਤੋਂ ਸਦਕੇ ਜਾਵਾਂ। ਅੱਲਾ ਜ਼ੁਲ ਜਲਾਲ ਦੀ ਕਸਮ ਹੈ, ਕੁਰਾਨ ਪੜੋ ਕਲੇਜਾ ਠਾਰ ਦਿੰਦਾ ਹੈ, ਠੰਡ ਪੈ ਜਾਂਦੀ ਹੈ। ਅੱਲਾ ਕੁਰਾਨ ਦੀ ਬਹਾਰ ਨਸੀਬ ਫਰਮਾ। ਅੱਲਾ 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 ਫਰਮਾਉਂਦੇ ਨੇ ਉਹ ਜਲਦੀ ਕਰੋ, ਵਸਾਰਿਓ ਇਲਾ ਮਗਫਿਰਤਿਨ ਮਿਰ ਰੱਬਿਕੁਮ ਵਜੰਨਾ, ਜਲਦੀ ਕਰੋ ਰੱਬ ਕੋਲੋਂ ਮੁਆਫੀ ਲੈਣ ਅੰਦਰ, ਜਲਦੀ ਕਰੋ ਆਪਣੇ ਗੁਨਾਹਾਂ ਦੀਆਂ ਮੁਆਫੀਆਂ ਲੈ ਲਓ। ਅੱਲਾ ਜ਼ੁਲ ਜਲਾਲ ਦੀ ਰਹਿਮਤ ਦਾ ਦਰਵਾਜ਼ਾ ਖੁੱਲ੍ਹਾ, ਰੱਬੁਲ ਆਲਮੀਨ ਦੇ ਰਹਿਮਤ ਦੇ ਬੂਹੇ ਖੁੱਲ੍ਹੇ ਹੋਏ ਨੇ, ਰੱਬ ਨੂੰ ਕਿਹਾ ਕਰ ਤੇਰੇ ਬੂਹੇ ਵਿੱਚ ਪੈ ਕੇ ਅੱਲਾ ਰੋ ਲੈਣ ਦੇ, ਕਾਲਾ ਅਮਲ ਨਾ ਮਹੰਜੂਆਂ ਦੀ ਤੋ ਲੈਣ ਦੇ, ਉਹ ਜਿਹੜੇ ਬੂਏ ਪਾਪੀ ਜਾਵੇ ਅੱਗੋਂ ਭਵੇ ਵੱਜਦੇ, ਫੜ ਲਓ ਮਾਰੋ ਮਾਰ ਪੀਰ ਖਾਨੇ ਗੱਜਦੇ, ਸਾਨੂੰ ਆਪਣੇ ਬੂਏ ਤੇ ਖਲੋ ਲੈਣ ਦੇ, ਤੇਰੇ ਬੂਏ ਵਿੱਚ ਪੈ ਕੇ ਅੱਲਾ ਰੋ ਲੈਣ ਦੇ, ਹੈ ਠੀਕ ਤੇਰੇ ਬੂਏ ਦੇ ਕਤੂਤਾਂ ਇੰਜਦੀਆਂ ਨੇ, ਹੈ ਠੀਕ ਤੇਰੇ ਬੂਏ ਤੇ ਮੈਂ ਸੱਜਦਾ ਨਹੀਂ, ਜਿਹੜਾ ਸੱਜਦਾ ਇਹ ਮੇਰਾ ਤੈਨੂੰ ਫੱਬਦਾ ਨਹੀਂ, ਪਰ ਫਜ਼ਲੋ
ਝਿੜਕੀ ਨਾ ਮੁੱਦਾ ਸਿੱਧਾ ਅੱਜ ਹੋ ਲੈਣ ਦੇ ਤੇਰੇ ਬੂਹੇ ਵਿੱਚ ਪੈ ਕੇ ਅੱਲਾ ਰੋ ਲੈਣ ਦੇ ਅੱਲਾ ਤੇਰਾ ਵਾਅਦਾ ਹੈ ਨਾ ਕੁੱਲ ਯਾ ਇਬਾਦੀ ਅਲਵੀਨ ਅਸਰਫੂ ਅਲਾ ਅਨਫੁਜ਼ਹਿਮ ਲਾ ਤਕਨਤੁ ਮਿਰ ਰਹਿਮਤਿਲਾਹ ਤੂੰ ਆਂਦਾ ਨਾ ਗੁਨਾਹਗਾਰੋ ਮੇਰੀ ਰਹਿਮਤ ਤੋਂ ਨਾ ਉਮੀਦ ਨਹੀਂ ਹੋਣਾ ਮੇਰੀ ਰਹਿਮਤ ਤੋਂ ਮਾਯੂਸ ਨਹੀਂ ਹੋਣਾ ਅੱਲਾ ਉਮੀਦਾਂ ਲੈ ਕੇ ਆ ਗਿਆ ਅਰਸ਼ਾ ਵਾਲਿਆ ਰੱਬਾ ਦਿਲ ਦੀਆਂ ਤੜਪਾਂ ਲੈ ਕੇ ਆ ਗਿਆ ਤੇਰੇ ਤੇ ਯਕੀਨ ਲੈ ਕੇ ਆ ਗਿਆ ਗੁਨਾਹਾਂ ਦੀਆਂ ਪੰਡਾਂ ਲੈ ਕੇ ਆ ਗਿਆ ਅਰਸ਼ਾ ਵਾਲਿਆ ਦੁਆ ਕਰਨੇ ਆ ਸਾਡੇ ਸਾਰਿਆਂ ਦੇ ਸਾਰੇ ਗੁਨਾਹ ਮੁਆਫ ਕਰ ਦੇ ਅੱਲਾ ਸਾਡੀਆਂ ਗਲਤੀਆਂ ਮੁਆਫ ਕਰ ਦੇ ਅਰਸ਼ਾਂ ਵਾਲਿਆ ਦੇਰ ਨਹੀਂ ਕਰਦੇ ਬਸ ਆਉਂਦਿਆਂ ਆਉਂਦਿਆਂ ਦੇਰ ਹੋ ਗਈ ਹੈ ਅੱਲਾ ਕਈਆਂ ਬਾਬਿਆਂ ਦੇ ਸਫੈਦ ਵਾਲ ਹੋ ਗਏ ਨੇ ਕਈਆਂ ਨੌਜਵਾਨਾਂ ਦੀ ਜਵਾਨੀ ਗੁਜ਼ਰ ਗਈ ਹੈ ਅੱਲਾ ਕਈ ਜਵਾਨੀ ਦੀ ਦਹਿਲੀਜ਼ ਦੇ ਅਰਸ਼ਾਂ ਵਾਲਿਆ ਕਈ ਮੇਰੀਆਂ ਮਾਵਾਂ ਅਤੇ ਭੈਣਾਂ ਅਸੀਂ ਅੱਲਾ ਲੇਟ ਹੋ ਗਏ ਹਾਂ ਅਰਸ਼ਾਂ ਵਾਲਿਆ ਤੇਰੇ ਬੂਹੇ 'ਤੇ ਆ ਗਏ ਹਾਂ ਤੇਰਾ ਕੁਰਾਨ ਸੁਣਿਆ ਵਾ ਸਾਰੀ ਜਲਦੀ ਕਰ ਲਓ ਇਲਾ ਮਗਫਿਰਤਿਨ ਮਿਰ ਰੱਬਿਕੁਮ ਰੱਬ ਦੀ ਤਰਫੋਂ ਮਗਫਰਤ ਦੇ ਐਲਾਨ ਨੇ ਜਲਦੀ ਕਰ ਲਓ ਅਰਸ਼ਾਂ ਵਾਲਿਆ ਸਾਡੇ ਗੁਨਾਹਾਂ ਨੂੰ ਮੁਆਫ ਕਰ ਛੱਡ ਤੇ ਅਗਲੀ ਗੱਲ ਹੋਵੇ ਵਾ ਜੰਨਤ ਰੱਬ ਦੀ ਜੰਨਤ ਦੀ ਤਰਫ ਜਲਦੀ ਕਰ ਲਓ ਰੱਬ ਦੀ ਜੰਨਤ ਦੀਆਂ ਟਿਕਟਾਂ ਮਿਲਦੀਆਂ ਪਈਆਂ ਨੇ ਰੱਬ ਜੰਨਤ ਅਲਾਟ ਕਰਦੇ ਪਏ ਨੇ ਦਿਨ ਤੇ ਰਾਤ ਜੰਨਤ ਦਾ ਨਿਜ਼ਾਮ ਚੱਲਦਾ ਪਿਆ ਸਾਵਾਂ ਦੀ ਡੋਰ ਮੁੱਕਣ ਤੋਂ ਪਹਿਲੇ ਪਹਿਲੇ ਇਹ ਸਾਵਾਂ ਦੀ ਡੋਰ ਟੁੱਟਣ ਤੋਂ ਪਹਿਲੇ ਪਹਿਲੇ ਇਹ ਰੂਹ ਪਰਵਾਜ਼ ਹੋਣ ਤੋਂ ਪਹਿਲੇ ਪਹਿਲੇ ਅੱਲਾ ਜ਼ੁਲ ਜਲਾਲ ਦੀ ਕਸਮ ਹੈ ਜੇ ਰੱਬ ਨੇ ਸਿਹਤਾਂ ਦਿੱਤੀਆਂ ਨਹੀਂ ਤੇ ਗਨੀਮਤ ਜਾਣ ਲੈ ਰੱਬ ਨੇ ਸਜਦੇ ਦੀਆਂ ਤੋਫੀਕਾਂ ਦਿੱਤੀਆਂ ਨਹੀਂ ਤੇ ਗਨੀਮਤ ਜਾਣ ਲੈ ਰੱਬ ਕੋਲੋਂ ਜੰਨਤ ਲਿਲੈ ਕਿਤੇ ਉਹ ਵੇਲਾ ਨਾ ਆ ਜਾਏ ਕਿ ਤੂੰ ਲੇਟ ਹੋ ਜਾਏ ਅੱਲਾ ਜ਼ੁਲ ਜਲਾਲ ਦੀ ਕਸਮ ਹੈ ਇੱਕ ਵੇਲਾ ਆਉਣਾ ਰੂਹ ਪਰਵਾਦ ਕਰ ਜਾਣੀ ਹੈ ਸਾਵਾਂ ਵਾਲੀ ਡੋਰ ਟੁੱਟ ਜਾਣੀ ਹੈ ਇੱਕ ਵੇਲਾ ਆਉਣਾ ਅੱਜ ਤੇਰੇ ਮੂੰਹ ਨੂੰ ਬੰਨ ਦਿੱਤਾ ਜਾਏਗਾ ਤੇਰੀਆਂ ਨੱਕ ਦੇ ਅੰਦਰ ਤੇ ਮੂੰਹ ਅੰਦਰ ਰੂਹ ਪਾ ਦਿੱਤਾ ਜਾਏਗਾ ਤੇਰੇ ਕਿਬਲੇ ਵੱਲ ਤੇਰੇ ਚਿਹਰੇ ਨੂੰ ਫੇਰ ਦਿੱਤਾ ਜਾਏਗਾ ਤੇਰੇ ਪੈਰਾਂ ਦੇ ਅੰਗੂਠਿਆਂ ਨੂੰ ਬੰਨ ਦਿੱਤਾ ਜਾਏਗਾ ਇੱਕ ਵੇਲਾ ਆਉਣਾ ਹੈ ਨਾ ਤੇਰੇ ਕੱਪੜੇ ਉਤਾਰ ਕੇ ਤੈਨੂੰ ਫੱਟੇ ਤੇ ਪਾ ਲਿਆ ਜਾਏਗਾ ਇੱਕ ਵੇਲਾ ਆਉਣਾ ਦੁਨੀਆ ਸਾਰੀ ਨੇ ਛੱਡ ਜਾਣਾ ਮਸਜਿਦ ਚੋਂ ਮੰਜਾ ਲੈ ਕੇ ਤੈਨੂੰ ਕਬਰਸਤਾਨ ਛੱਡ ਕੇ ਆਉਣਗੇ ਉਹਦੇ ਤੋਂ ਪਹਿਲੇ ਪਹਿਲੇ ਜਲਦੀ ਕਰ ਲੈ ਆਪਣੀ ਕਬਰ ਜੰਨਤ ਦਾ ਬਾਗ ਬਣਾ ਲੈ ਆਪਣੀ ਆਖਰਤ ਜੰਨਤ ਦੀ ਬਹਾਰ ਬਣਾ ਲੈ ਕਾਬੇ ਦੇ ਰੱਬ ਦੀ ਕਸਮੇ ਰੱਬ ਕਹਿ ਰਿਹਾ ਉਹ ਜਲਦੀ ਕਰ ਦੇਰ ਨਾ ਕਰ ਇਸ ਰਸਤੇ ਤੇ ਜਲਦੀ ਜਲਦੀ ਆ ਜਾ ਉਹਦੀ ਵਜ੍ਹਾ ਇਹ ਵੇ ਕੋਈ ਪਤਾ ਨਹੀਂ ਕਿਹੜੇ ਵੇਲੇ ਜਨਾਬ ਮੌਤ ਦਾ ਪੈਗਾਮ ਆ ਜਾਏ ਰੱਬ ਵੱਲੋਂ ਐਲਾਨ ਆ ਜਾਏ ਕਿਹੜੇ ਵੇਲੇ ਅੱਲਾ ਜ਼ੁਲ ਜਲਾਲ ਦਾ ਫਰਿਸ਼ਤਾ ਆ ਜਾਏ ਤੇਰੀ ਗ੍ਰਿਫਤਾਰੀ ਪੈ ਜਾਏ ਰੱਬ ਦੇ ਦਰਬਾਰ ਅੰਦਰ ਲੈ ਜਾਏ ਇੰਨਾ ਤੁਸੀਂ ਨਹੀਂ ਜਾਣਦੇ ਇੰਨਾ ਕਲਾ ਤਦਰੀ ਮਸਮੂਕਾ ਗਦਨ ਤੁਹਾਨੂੰ ਕੀ ਪਤਾ ਕੱਲ ਤੁਹਾਡਾ ਨਾਮ ਕੀ ਹੋਏਗਾ ਅੱਜ ਲੋਕ ਮੌਲਾਨਾ ਸਾਹਿਬ ਆਉਂਦੇ ਨੇ ਅੱਜ ਲੋਕ ਹਾਜੀ ਸਾਹਿਬ ਆਉਂਦੇ ਨੇ ਅੱਜ ਲੋਕ ਚੌਧਰੀ ਸਾਹਿਬ ਆਉਂਦੇ ਨੇ ਅੱਜ ਲੋਕ ਜਨਾਬ ਇਹ MNA ਸਾਹਿਬ MPA ਸਾਹਿਬ ਡਾਕਟਰ ਸਾਹਿਬ ਇੰਜੀਨੀਅਰ ਸਾਹਿਬ ਇਮਾਮ ਸਾਹਿਬ ਹਜ਼ਰਤ ਸਾਹਿਬ ਆਉਂਦੇ ਨੇ ਕਾਬੇ ਦੇ ਰੱਬ ਦੀ ਕਸਮ ਹੈ ਇਧਰੋਂ ਮੌਤ ਦਾ ਪੈਗਾਮ ਆਉਣਾ ਕਿਸੇ ਤੈਨੂੰ ਸਾਫ ਸਾਫ ਨਹੀਂ ਕਰਨਾ ਲੋਕ ਪੁੱਛਦੇ ਨੇ ਮਈਅਤ ਨੂੰ ਨਵਾ ਲਿਆ ਮਈਅਤ ਤਿਆਰ ਹੋ ਗਈ ਹੈ ਮਈਅਤ ਨੂੰ ਕਫਨ ਦੇ ਲਿਆ ਮਈਅਤ ਦਾ ਮੂੰਹ ਵੇਖ ਲਿਆ ਉਸ ਵਕਤ ਤੋਂ ਪਹਿਲੇ ਪਹਿਲੇ ਰੱਬ ਕੋਲੋਂ ਦੁਆ ਕਰ ਅੱਲਾ ਸਾਡੇ ਨਾਮ ਜੰਨਤ ਅਲਾਟ ਕਰ ਦੇ ਉਸ ਵਕਤ ਤੋਂ ਪਹਿਲੇ ਪਹਿਲੇ ਜਲਦੀ ਕਰ ਲੈ ਨਹੀਂ ਪਤਾ ਕਿਹੜੇ ਵੇਲੇ ਮੌਤ ਦਾ ਪੈਗਾਮ ਆ ਜਾਏ ਨਹੀਂ ਪਤਾ ਕਦੋਂ ਗ੍ਰਿਫਤਾਰੀ ਪੈ ਜਾਏ ਉਹਦੇ ਤੋਂ ਪਹਿਲੇ ਪਹਿਲੇ ਰੱਬ ਰਾਜ਼ੀ ਕਰ ਲੈ ਉਹ ਤੇਰੀ ਮੌਤ ਦਾ ਕੋਈ ਇਤਵਾਰ ਨਹੀਂ ਸਦਾ ਲੱਗਣਾ ਐ ਬਾਜ਼ਾਰ ਨਹੀਂ ਅੱਗੇ ਸੌਦਾ ਨਕਦ ਲੱਭਣਾ ਉਹਤੇ ਉਧਾਰ ਨਹੀਂ ਪੜੋ ਲਾ ਇਲਾਹਾ
ਇਲਾਹ ਇੱਥੇ ਕਈ ਰੋਂਦੇ ਤੇ ਕਈ ਹੱਸਦੇ ਨੇ, ਕਈ ਉਜੜ ਜਾਂਦੇ ਕਈ ਵਸਦੇ ਨੇ, ਕਈ ਹੱਸਦੇ ਹੱਸਦੇ ਇੱਥੋਂ ਨੱਸਦੇ ਨੇ, ਪੜੋ ਲਾ ਇਲਾਹਾ ਇਲਾਹ। ਕਿੰਨਾ ਚੀਜ਼ਾਂ ਤੇ ਆਕੜਨਾ ਤੇ ਤਕਬਰ ਕਰਨਾ, ਕਿੰਨਾ ਚੀਜ਼ਾਂ ਤੇ ਗੁਰੂ ਤੇ ਮਾਨ ਕਰਨਾ, ਨਾ ਮਕਾਨ ਤੇਰਾ ਨਾ ਦੁਕਾਨ ਤੇਰੀ, ਨਹੀਂ ਉਹ ਰੋਬ ਰਹਿਣਾ ਨਾ ਇਹ ਸ਼ਾਨ ਤੇਰੀ, ਵਿੱਚ ਤਕਲੀਫਾਂ ਨਿਕਲੇ ਜਾਨ ਤੇਰੀ, ਪੜੋ ਲਾ ਇਲਾਹਾ ਇਲਾਹ। ਜੰਨਤ ਵੱਲੇ ਜਲਦੀ ਕਰ ਲਓ, ਜੰਨਤ ਦੇ ਐਲਾਨ ਹੋ ਰਹੇ ਨੇ, ਰੱਬ ਕੋਲੋਂ ਜੰਨਤ ਲੈ ਲਓ ਤੇ ਤਿਆਰੀ ਕਰਦੇ ਲਈਏ। ਉਹ ਏਦਾ ਤਲਿਲ ਮੁਤਾਕੀਰ, ਜੰਨਤ ਮੁਤਾਕੀਨ ਵਾਸਤੇ ਤਿਆਰ ਕਰ ਦਿੱਤੀ ਗਈ ਹੈ। ਅੱਲਾ ਅੱਲਾ ਫੈਸਲਾ ਵਾਦੀਓ, ਰੱਬੁਲ ਆਲਮੀਨ ਦਾ ਕੁਰਾਨ ਪੜਾ, ਮੁਤਕੀ ਕੌਣ ਹੈ? ਅਲਦੀਨਾ ਯੁਨਫਿਕੂਨਾ ਫਿਸਰਾਇ ਵਜ਼ਰਾਇ ਵਲ ਕਾਜ਼ਮੀਨ ਅਲ ਗੈਜ਼ ਵਲ ਆਫੀਨਾ ਅਨਿਨਾਸ ਵੱਲਾਹੁ ਯੁਹਿੱਬੁਲ ਮੁਹਸਿਨੀਨ। ਤੰਗੀ ਹੋਏ ਤੇ ਤਦ ਵੀ ਖਰਚ ਕਰਦੇ ਨੇ ਰੱਬ ਦੇ ਰਸਤੇ ਅੰਦਰ, ਆਸਾਨੀ ਹੋਏ ਤੇ ਤਦ ਵੀ ਖਰਚ ਕਰਦੇ ਨੇ, ਗੁੱਸੇ ਨੂੰ ਪੀ ਜਾਂਦੇ ਨੇ, ਲੋਕਾਂ ਨੂੰ ਮੁਆਫ ਕਰ ਦਿੰਦੇ ਨੇ, ਅੱਲਾ ਐਸੇ ਲੋਕਾਂ ਨੂੰ ਪਸੰਦ ਵੀ ਕਰਦੇ ਨੇ, ਉਹਨਾਂ ਦੇ ਨਾਮ ਜੰਨਤ ਅਲਾਟ ਵੀ ਕਰਦੇ ਨੇ। ਆਈਏ ਕੁਰਾਨ ਦਾ ਕੌਰ ਮੁਕਾਮ ਸੁਣ ਲੈ, ਰੱਬੁਲ ਆਲਮੀਨ ਨੇ ਇੱਥੇ ਵੀ ਜੰਨਤ ਦੀਆਂ ਗੱਲਾਂ ਕੀਤੀਆਂ ਨੇ। ਅੱਲਾ ਫਰਮਾਉਂਦੇ ਨੇ ਅਰਜ਼ੋ ਹਸਮਾਵਾਤ ਵਲ ਅਰਜ਼, ਜੰਨਤ ਏਡੀ ਚੌੜੀ, ਜੰਨਤ ਇਤਨੀ ਬੜੀ ਹੈ, ਉਹਦੀ ਚੌੜਾਈ ਜ਼ਮੀਨੋਂ ਅਸਮਾਨ ਦੇ ਖਲਾ ਦੇ ਬਰਾਬਰ ਹੈ, ਉਹਦੀ ਲੰਬਾਈ ਦਾ ਅੰਦਾਜ਼ਾ ਰੱਬ ਨੂੰ ਹੀ ਹੈ, ਜਿਹੜੀ ਇੱਕ ਬੰਦੇ ਨੂੰ ਜੰਨਤ ਮਿਲਣੀ ਹੈ ਇਹ ਉਹਦੀ ਗੱਲ ਹੋ ਰਹੀ ਹੈ। ਆਈਏ ਕੁਰਾਨ ਦਾ ਕੌਰ ਮੁਕਾਮ ਸੁਣ ਲੈ, ਆਵਾਜ਼ ਆਉਂਦੀ ਹੈ ਮੇਰੇ ਅੱਲਾ ਫਰਮਾ ਰਹੇ ਨੇ, ਐ ਮੇਰੇ ਲਾਡ ਪੈਗੰਬਰ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਸੋਹਣਿਆ ਐਲਾਨ ਕਰਦੇ ਹੋ, ਫਰਮਾਇਆ ਸਾਬਕੂ ਇਲਾ ਮਗਫਿਰਤਿਮ ਮਿਰ ਰੱਬਕੁਮ, ਸਾਬਕੂ ਇਲਾ ਮਗਫਿਰਤਿਮ ਮਿਰ ਰੱਬਕੁਮ ਵਜੰਨਤਿਨ ਅਰਜ਼ੁਹਾ ਕਾ ਅਰਜ਼ਿ ਸਮਾਏ ਵਲ ਅਰਜ਼। ਉਹ ਇੱਦਤ ਲਿਲਦੀਨ ਆਮਨੂ ਬਿੱਲਾਹਿ ਵਰਸੁਲੈ ਲਾਲ ਕਫਜ਼ਲੁਲਾ ਯੁਤੀ ਮਈਸਾ ਵੱਲਾਹੁ ਜ਼ੁਲ ਫਜ਼ਲਿਲ ਅਜ਼ੀਮ। ਅੱਲਾ ਫਰਮਾਉਂਦੇ ਨੇ ਜੰਨਤ ਦੇ ਅੰਦਰ ਜਾਣ ਅੰਦਰ ਇੱਕ ਦੂਜੇ ਤੋਂ ਪਹਿਲ ਕਰੋ, ਸਬਕਤਾਂ ਕਰ ਲਓ, ਜੰਨਤ ਦੀਆਂ ਤਿਆਰੀਆਂ ਕਰ ਲਓ, ਇੱਕ ਦੂਜੇ ਦੇ ਅੱਗੇ ਦੌੜਾਂ ਲਾ ਦਿਓ। ਜੰਨਤ ਦੇ ਅੰਦਰ ਜਾਣਾ ਹੈ ਨਾ, ਇੱਕ ਦੂਜੇ ਤੋਂ ਅੱਗੇ ਅੱਗੇ ਜਾਣ ਦੀਆਂ ਕੋਸ਼ਿਸ਼ਾਂ ਕਰੋ, ਇੱਕ ਦੂਜੇ ਤੋਂ ਅੱਗੇ ਅੱਗੇ ਵਧਣ ਦੀਆਂ ਕੋਸ਼ਿਸ਼ਾਂ ਕਰੋ। ਉਹ ਜੰਨਤ ਜਿਹਦੀਆਂ ਚੌੜਾਈਆਂ ਜ਼ਮੀਨੋਂ ਅਸਮਾਨ ਦੇ ਖਲਾ ਦੇ ਬਰਾਬਰ ਹੈ, ਉਹਨਾਂ ਲੋਕਾਂ ਵਾਸਤੇ ਤਿਆਰ ਕੀਤੀਆਂ ਨੇ ਜਿਹੜੇ ਲੋਕ ਅੱਲਾਹ ਅਤੇ ਉਹਦੇ ਰਸੂਲਾਂ ਨਾਲ ਈਮਾਨ ਲਿਆਉਂਦੇ। ਜ਼ਾਲਿਕਾ ਫਜ਼ਲੁਲਾਹ ਮਈਸਾ, ਇਹ ਅੱਲਾਹ ਦਾ ਫਜ਼ਲ ਹੈ, ਅੱਲਾਹ ਜਿਹਨੂੰ ਚਾਹੁੰਦਾ ਅਲਾਟ ਕਰ ਦਿੰਦਾ ਹੈ। ਵੱਲਾਹੁ ਜ਼ੁਲ ਫਜ਼ਲਿਲ ਅਜ਼ੀਮ। ਅੱਲਾ ਅੱਲਾ ਮੈਂ ਕੁਰਬਾਨ ਜਾਵਾਂ, ਆਓ ਮੈਂ ਕੁਰਾਨ ਦਾ ਕੌਰ ਮੁਕਾਮ ਪੜ੍ਹਨਾ ਚਾਹੁੰਦਾ। ਫਰਮਾਇਆ ਵਾਇਦਾ ਰਾਇਤਾ ਸੰਮਾ ਰਾਇਤਾ ਨਈਮਨ ਵਾ ਮੁਲਕਨ ਕਬੀਰਾ। ਓਏ ਜੰਨਤ ਦੀਆਂ ਨੇਮਤਾਂ ਸੁਣਿਆ ਸੁਣਾਇਆ ਪਤਾ ਨਹੀਂ ਲੱਗਣਾ, ਜਦੋਂ ਜਾ ਕੇ ਜੰਨਤ ਦੀਆਂ ਨੇਮਤਾਂ ਵੇਖੋਗੇ ਫਿਰ ਤੁਹਾਨੂੰ ਪਤਾ ਲੱਗੇਗਾ ਜੰਨਤ ਦੀਆਂ ਨੇਮਤਾਂ ਕਿੰਨੀਆਂ ਨੇ ਤੇ ਸਲਤਨਤ ਕਿਤਨੀ ਬੜੀ ਹੈ।
जन्नत दियां नेमतां किन्नियां ने ते जन्नत दी सल्तनत कितनी बड़ी है। अल्लाह अल्लाह सिलसिला तो अहादीसो सहिया दी रिवायत पढ़न लगा वा। अल्लामा अल्बानी रहिमहुल्ला ने यह रिवायत नकल की दी है। इस रिवायत दे रावी हजरत अनस ने हजरत जनाब अब्दुल्ला इब्ने मसूद रज़ी अल्लाह तआला अन्हु ने फरमाया जन्नती जन्नत के अंदर एडजस्ट हो गया वे ते एक आखिरी जहन्नमी जहन्नम चो निकलिया जन्नत वाल जान वाला ये निकलिया है ना बाकी जहन्नमी अंदर ने ये आखिरी जन्नती है जहन्नम चो निकलिया ते आमीना दे लाल जनाब मुहम्मद गूंज पा दियो आवाज सेट नहीं आज हो पता नहीं की गल है। अल्लाह अल्लाह आमीना दे लाल जनाब मुहम्मद सल्लल्लाहु अलैहि वसल्लम फरमांदे ने ये जन्नत तो है जहन्नम चो निकलदा तुरिया आउंदा कदी तुर पैंदा है कदी डिग पैंदा है कदी उठ पैंदा है कदी डिग पैंदा है कदी जहन्नम इहनू अग इहनू घेरा पा लैंदी है। चलदिया चलदिया ये जनाब तुरिया तुरिया आउंदा जहन्नम चो निकलदा ते अल्लाह अल्लाह जहन्नम चो रब बाहर लैके आ जहन्नम चो बहर आ आद्या कह लगा अरशा वाले आ रबा तेरिया मेहरबानिया ने तू मैनू जहन्नम चो कढ़ लिया आ सामने दरखत नजर आ मैनू इस दरखत के नीचे बिठा दे मैं दरखत की छावें बहना चाहना मैं जन्नत जनाब दरखत के नीचे पानी का चश्मा है उतो पानी पीना चाहना वा। मेरे पाक पैगंबर अली सलातु वस्सलाम ने फरमाया अल्लाह उन्हू कह वेख ये तेरा आखरी मुतालबा जेड़ा पूरा करवा लिया कह लगा अरशा वाले मैं वादा करना वा मैनू तेरी इज्जत की कसम है ये तो बाद अगला मुतालबा नहीं करता। अल्लाह दरखत के नीचे बिठा दिता है उतें बैठिया बैठिया नाले पानी पींदा नाले सह लेंदा तो अगला दरखत नजर आता जरा ये भी घटा तो बड़ा प्यार है कह लगा अरशा वाले रब्बा एक बारी ओदे थले बिठा दे। अल्लाह क हुने कसमां खादिया ने हुने जनाब फिर मुकर गए हैं कह लगा अल्लाह तू मेहरबानी है तू खालिक दे मालिक है एक बारी ओदे थले बिठा दे मैनू तेरी इज्जत की कसम है अगली गल ही नहीं कर सकदा। अल्लाह ने उते बिठा दिता है उते बह के खांदा पींदा इनू अगला दरखत नजर आउंदा है ये ओही मुतालबे ते अल्लाह दियां ओही गल्लां ने इन्हें फिर रब्बुल आलमीन ना वादे कर लेने अल्लाह ने अगले दरखत दे थले बिठा दिता है उते बैठा इन्हां दे सामने जन्नत दा बू है अंदर वेंदा जन्नत दियां रौनकां वेंदा है अंदर जन्नतियां दे खैमे वेंदा है अंदर जन्नतियां दे बागात वेंदा है अंदर जन्नतियां दे बाला खाने वेंदा अंदर जन्नतियां दे महलात वेंदा। अल्लाह अल्लाह सोने दे बाग ने किते चांदी दे बाग ने जन्नती उड़दे फिरदे ने जन्नती पोशाक बदलदे ने इहदे मुंह च पानी आउंदा कहन लगा अरशां वाले आ रब्बा जन्नत नहीं मंगदा मैनू जन्नत दे बूए च ही बिठा दे। लांदे ने वेख लै आ तेरे चौथी गल है गल आ इहदे तो अगे नहीं जन्नती वेख ते लवा किन्नियां रौनकां दे अंदर ने अल्लाह इहनू जन्नत दे बूए ते बिठा देंदे ने इह जन्नत दे बूए च बैठा कदी इधर वेंदा कदी इधर वेंदा कदी अगे वेंदा कदी सज्जे ते खब्बे वेंदा वेंदिया वेंदिया आंदा अल्लाह बूए अंदर नहीं कर देंदा बोलते नहीं अल्लाह अंदर नहीं कर देता आए हाय अल्लाह आंदे ने नहीं ना टेकदा नहीं ना टेकदा आंदा मालका तू मेहरबान है ये आखरी गल है आखरी गल है हदीस तुहानू सुनाई है अस सिलसिला तो हदीसो सही आ अगला टुकड़ा हुण बाद विच सही मुस्लिम की हदीस पढ़न लगा वा। अल्लाह अल्लाह कलिमात मेरे पैगंबर दे ने ते जुबान इस वेले मेरी है ते आका दे कलमे सुन के समझन की कोशिश करे जे ये आका पाक दे जुमले ने अल्लाह सानू इन्हां जुमलिया नाल मुहब्बत नसीब फरमाए
اللہ اللہ ان عبد اللہ رضی اللہ عنہ قال قال رسول اللہ صلی اللہ علیہ وسلم انی لعارف آخر اہل النار خروجا من النار رجل یخرج من زقفا فیقال له انطلق فادخل الجنہ قال فیذهب فیدخل الجنہ فیجد الناس قد اخذ المنازل فیقال له اتذکر الزمان الذی كنت فيه فيقول نعم فيقال له تمنى فيتمنى فيقال له لك الذي تمنيت وأسرت أضعاف الدنيا فيقول أتسخر بي وأنت الملك قال فلقد رأيت رسول الله صلى الله عليه وسلم زهقا حتى بدت نواجز وفي رواية أخرى فيقول إني لا أستهزئ منك ولكني على ما شاء قادر میرے تواڈے پیر و مرشد جناب محمد صلی اللہ علیہ وسلم آ فرماندے نے میں او آخری جنتی نو جاننا وا جنے جہنم چو نکل کے جنت ولے جانا ہے تے جدو جہنم چو کٹ دیتا جائے گا رب العالمین دی مرضی ہے اینو جویں اگے دسیا جنت ولے توڑ دیتا جائے گا تو جنت دے بوئے تے آئے گا جنت دیاں رونقاں ویکھے گا اللہ کہے گا جا ویکھ لا جنت دیاں رونقاں تو جنت دے اندر لوکاں دے بالا خانے ویکھے گا یہ دے منہ دے اندر پانی آئے گا یہ جنت دیا رونقاں پیا ویندا ہے تے رب آواز دے کے آندے نے اتذکر الزمان الذی کنت فی اوے جہنم دا دور تینوں یاد ہی جتھوں نکل کے آیا ہے کہن لگا اللہ وہ تکلیفاں اجے یاد نے فرمایا تھوڑا جا اگے آ جا جنت دے اندر وال لے تے جنت دے اندر داخل کر کے رب باندے نے اے جنت دیاں رونقاں نے تے ہن تیری مرضی ہے منگ کی منگنا چاہ اے مانگ کی منگنا چاہنا ہے سوال کر کی سوال کرنا چاہنا ہے یہ سوال شروع کر دے گا اللہ اونج دی کوٹھی چاہی دیئے اللہ اونج دیاں ہوراں چاہی دیاں نے اللہ اینج دے باغ چاہی دے نے اللہ اینج دے درخت چاہی دے نے اللہ اینج دیاں نہراں چاہی دیاں نے یہ ویکھی جاندا ہے تے مطالبے کری جاندا ہے اللہ اے وی دے دے فرمایا دتا اللہ اے وی دے دے دتا اللہ اے وی دے دے دتا اللہ اے وی دے دے دتا سارا کچھ رب دے جاندا ہے اے مطالبے کر کر کے تھک جاندا ہے رب دے نام الاڑ کر دے جاندے نے حتا کہ رب آندے نے بس آندا مالک رج گیا ہر شے تے لے لئیے اللہ آندے نے تینوں اجے پتہ ہی نہیں فلانی چیز وی ہے آندا او وی دے دیو او فلانی چیز وی جی او وی دے دیو اے فلان او وی دے دیو فلان او وی دے دیو اللہ یاد کروائی جاندے نے منگی جاندا ہے تے رب او بولو تسی تھکے جنتی ہو ہیں اللہ یاد کروائی ہے جنتی ہو الحمدللہ ہیں ہے بھی انشاءاللہ پہلیاں سیٹاں ال انشاءاللہ کہو انشاءاللہ تسی اپنے لئی نہیں پہ بول دے تے کس لئی کی بولنا ہے یہ مولویاں دا حوصلہ ہے جڑا ساری عوام لئی بول رہا ہے اللہ جنت دی فرنٹ سیٹ نصیب فرمائے اللہ یاد کروائی جاندے نے اے منگی جاندا ہے تے رب دئی جاندے نے حتا کہ دے مطالبے مک گئے نے اللہ آندے نے بس کہن لگا جی بس ہن مینوں او دسو جتھے جانا ہے میں تا کے جا کے اپنا کوئی سیٹنگ کراں سامان شمان دی اپنا کوئی ماحول سدا کراں رب آندے نے جا تلا جا اے جان لگا ہے رب آندے نے گل سن جو تو منگ لیا تینوں مل گیا اے اللہ جی مل گیا میں جنت دی جگیر دسن لگا کڈیا جنت دا حدود دسن لگا وا رب آندے نے فرمایا فرمایا ہوا انتا اللہ فرمایا فایو قال لک لہ
लका अल्लजी तमन्नैता जो कुछ मंगिया दे छड़या व अशरा तो अज़ाफ दुनिया ते जिन्नी मेरी दुनिया है दस गुना ओना भी तेनू दे दिता है सुभान जिन्नी दुनिया है ना मशरक तो मगरब शमाल तो जनूब ये दस वरी दुनिया होए रब इनी जागीर उनु जन्नत इजाजत कर ये केड़ा जन्नती है ओ बोलो ते सही ये आखरी है ते पहलियां नु किन्नी लभी होए ये आखरी जन्नती है जन्नती जागीर मेरा मजमून की है ओ बोलो जन्नती जागीर ते जन्नतियां मंजला तवज्जो करना अल्लाह जुलजलाल फरमान दे ने तेनु मिल गया अल्लाह अल्लाह ते ए गल सुन के ना अगो आंदा वा आ तस खरबी अल्लाह मेरे ना मजाक करना है या अल्लाह मेरे ना मजाक मैं माणा जे हवा हर शायद मैं मांग ली इतनी जन्नत होन दे दे वा अंतल मालिक अल्लाह तू ते बादशाह है ते मेरे ना मजाक मारे बंदे ना मजाक अल्लाह फरमांदे ने वाला कदर तो ए गल करके ना हजरत अब्दुल्लाह बिन मसूद खुल के हस पे ने ते हसन तो बाद सहाबा नु आंदे ने तुसी पूछना नहीं मेनू हासा क्यों आया दसो जी हासा क्यों आया अब्दुल्लाह बिन मसूद आंदे ने मैं आमिना दे लाल नु वेखिया रई तो रसूल अल्लाह जाही का हत्ता बदत नवाजज मैं आका पाक नु देखिया ओदा ए जुमला सुन के आका पाक बयान कर दिया हस पैने ते कदी इंज नहीं होया आका दिया हस दे सारिया दाड़ा भी नजर आन लग पई है आका इना हस रहे ने ओदी गल ते सियापा भी हसन लग पैने ताबेईन भी हसन लग पैने मैं कुर्बान जावा ते अल्लाह को की आंदे ने अल्लाह फरमांदे ने इन्नी ला अस्तहजे बिन मेनू मजाक करन दी लोड़ ही कोई नहीं वो कमलिया मैं मजाक नहीं करदा मैं जो चाहना वा वो करन ते कादर भी हाँ मेरी ताकत दई तेनू पता नहीं अल्लाह अल्लाह ए जन्नत दियां जागीरां ने ऐ जन्नत दियां जागीरां ने आखरी जन्नत दी जन्नत दा रकबा है अल्लाह अल्लाह ते बाकियां नू किन्नी लब्भी है ये तुसी अंदाजा ही नहीं कर सकदे ये ते सारियां नू जन्नत मिल गई है इहदे बाद जन्नत अल्लाह फुल हो गई है आइए हदीस पाक सुनना हजरत अनस रजी अल्लाह तआला अनु रवायत दे रावी ने यकूल अन नबी है सल्लल्लाहु अलैहि वसल्लम सही मुस्लिम दी हदीस है अलैहि वसल्लम काल यबका मिनल जन्नत माशा अल्लाह अयबका सुम युनजे अल्लाह तआला ला खलकन मिम्मा यजा ये सारियां नूं इन्नी जन्नत वंडन दे बाद अल्लाह जुल जलाल दी जन्नत अजे बड़ी बाकी है जिन्नी वंड दित्ती है इहदे तो बहुती अजे बाकी है फिर अल्लाह ताला की करनगे अल्लाह एक नवी मखलूक पैदा करनगे नवी मखलूक नूं पैदा करके सारी मखलूक दे नामे जन्नत अलाट कर दे सुभान अल्लाह यार उस मखलूक दे सदके लेकिन इहदे बावजूद अल्हम्दुलिल्लाह सानू उम्मत मुहम्मदी होन ते फखर है कहो अल्हम्दुलिल्लाह कहो अल्हम्दुलिल्लाह आदरा तवज्जो करना ये ते जन्नत दा रकबा ए नाल ये ते जन्नत दी जागीर ए नाल ते जन्नत दे बाला खानियां दी गल करा मैं तुहानू सही मुस्लिम दी हदीस पिछे जे सुनाई सी रोज़ियां दे अंदर मेरे पाक पैगंबर ने फरमाया जन्नत दे 100 दर्जे ने जन्नत दियां 100 मंजिलां ने सब तो उच्ची मंजिल जन्नतुल फिरदौस है ओहदे उत्ते रब दा अर्ज़ है फरमाया जदों वी रब कोलों सवाल करना जन्नतुल फिरदौस दा करना है
ਜਦੋਂ ਵੀ ਰੱਬ ਕੋਲੋਂ ਮੰਗਣੀ ਹੈ ਜੰਨਤੁਲ ਫਿਰਦੌਸ ਮੰਗਣੀ ਹੈ ਆਏ ਕੋਰਾ ਦੀ ਸੁਣ ਜਾ ਮਿੱਤਰ ਮਦੀ ਅੰਦਰ ਹਦੀਸ ਮੌਜੂਦ ਹੈ ਆਮਿਨਾ ਦੇ ਲਾਲ ਨੇ ਫਰਮਾਇਆ ਅਨ ਅਬੀ ਹੁਰੈਰਾ ਰਜ਼ੀ ਅੱਲਾਹੁ ਤਾਲਾ ਅਨ ਕਾਲਾ ਕਾਲਾ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਫਿਲ ਜੰਨਤ ਮੇ ਅਤੋ ਦਰਜਾਤ ਮਾ ਬੈਨਾ ਕੁੱਲ ਦਰਜਾਤ ਮਿਆ ਤੋਂ ਫਰਮਾਇਆ ਲੋਗੋ ਅੱਲਾਹ ਜ਼ੁਲ ਜਲਾਲ ਨੇ ਜਿਹੜੀਆਂ ਜੰਨਤਾਂ ਬਣਾਈਆਂ ਨੇ ਇਹਦੀਆਂ 100 ਮੰਜ਼ਲਾਂ ਨੇ ਇਹਦੇ 100 ਦਰਜਾਤ ਨੇ ਅੱਲਾਹ ਜ਼ੁਲ ਜਲਾਲ ਨੇ ਹਰ ਦਰਜੇ ਦੇ ਦਰਮਿਆਨ ਇੰਨਾ ਫਾਸਲਾ ਰੱਖਿਆ ਕਿ 100 ਸਾਲ ਦਾ ਫਾਸਲਾ ਹੈ 100 ਸਾਲ ਦਾ ਫਾਸਲਾ ਹੈ ਅੱਲਾਹ ਅੱਲਾਹ ਮੈਂ ਕੁਰਬਾਨ ਜਾਵਾਂ ਇਤਨੀਆਂ ਮਾਲਾ ਖਾਨੇ ਇਤਨੀਆਂ ਉੱਚੀਆਂ ਅਤੇ ਏਡੀਆਂ ਮੰਜ਼ਲਾਂ ਜੰਨਤ ਦੀਆਂ ਕੁਰਾਨ ਸੁਣ ਲਓ ਆਵਾਜ਼ ਆਉਂਦੀ ਅੱਲਾਹ ਕੇ ਨਿਲਦੀਨ ਤੱਕ ਰੱਬਾ ਹੋਮ لهم غرف من فوقها غرف مبنية تجري من تحتها الأنهار وعد الله لا يخلف الله الميعاد ਫਰਮਾਇਆ ਜਿਹੜੀਆਂ ਅੱਲਾਹ ਨੇ ਜੰਨਤਾਂ ਬਣਾਈਆਂ ਨੇ ਅੱਲਾਹ ਕੋਲੋਂ ਜਿਹੜੇ ਡਰਦੇ ਨੇ ਜਿਹੜੇ ਮੁਤਕੀ ਨੇ ਉਹਨਾਂ ਵਾਸਤੇ ਨੇ ਫਰਮਾਇਆ ਜੇ ਜੰਨਤ ਦੇ ਬਾਲਾ ਖਾਨੇ ਨੇ ਫਿਰ ਉਹਦੇ ਉੱਪਰ ਵੀ ਬਾਲਾ ਖਾਨੇ ਨੇ ਬਣੇ ਬਣਾਏ ਤਿਆਰ ਬਾਲਾ ਖਾਨੇ ਜੰਨਤ ਦੀਆਂ ਮੰਜ਼ਲਾਂ ਨੇ ਜੰਨਤ ਦੇ ਬਾਲਾ ਖਾਨੇ ਅੱਲਾਹ ਜ਼ੁਲ ਜਲਾਲ ਨੇ ਅਤਾ ਕਰਨੇ ਨੇ ਜਿਨ੍ਹਾਂ ਦੇ ਨੀਚੇ ਨਹਿਰਾਂ ਚੱਲਦੀਆਂ ਨੇ ਅੱਲਾਹ ਆਪਣੇ ਵਾਅਦਿਆਂ ਦੀ ਖਿਲਾਫ ਵਰਜ਼ੀਆਂ ਨਹੀਂ ਕਰਦਾ ਅੱਲਾਹ ਨੇ ਕਿਹਾ ਇਹਨਾਂ 'ਤੇ ਰੱਬ ਨੇ ਦੇਣੇ ਹੀ ਦੇਣੇ ਨੇ ਅੱਲਾਹ ਅੱਲਾਹ ਹੁਣ ਆਪਣੇ ਆਪਣੇ ਬਾਲਾ ਖਾਨੇ ਦੇ ਅੰਦਰ ਨੇ ਹੁਣ ਮੈਂ ਨੀਚੇ ਵਾਲੇ ਬਾਲਾ ਖਾਨੇ ਤੋਂ ਉੱਪਰ ਵਾਲਿਆਂ ਦੀ ਗੱਲ ਕਰਾਂ ਇਹ ਥੱਲੇ ਬੈਠੇ ਹੋਏ ਨੇ ਥੱਲੇ ਲੇਟੇ ਹੋਏ ਨੇ ਥੱਲੇ ਤੁਰੇ ਫਿਰਦੇ ਨੇ ਉੱਤੇ ਨਜ਼ਰਾਂ ਮਾਰੀਆਂ ਉਤਲੀ ਜੰਨਤ ਵੱਲੇ ਵੇਖਿਆ ਤੇ ਮਾਹੌਲ ਕੀ ਹੈ ਹਦੀਸੇ ਪਾਕ ਸੁਣ ਲਓ ਅਨ ਅਬੀ ਸਈਦ ਨਿਲ ਖੁਦਰੀਏ ਰਜ਼ੀ ਅੱਲਾਹ ਤਾਲਾ ਉਹ ਪਰਵਾਨੇ ਹਦੀਸ ਸੁਣ ਕੇ ਨਬੀ ਦੇ ਸਹਾਬੀ ਦਾ ਨਾਂ ਸੁਣ ਤੜਪ ਜਾਓ ਰਜ਼ੀ ਅੱਲਾਹ ਤਾਲਾ انا ابي سعيد الخدري رضي الله تعالى عنه ان رسول الله صلى الله عليه وسلم قال ان اهل الجنه لا يتراءون اهل الغرف من فوقهم كما تتراءون الكوكب الدري الغابر من الأفق من المشرق أو المغرب لتفاضل ما بينهم قالوا يا رسول الله صلى الله عليه وسلم تلك منازل الأنبياء لا يبلغها غيرهم قال بلى والذي نفسي بيدي رجال آمنوا بالله وصدقوا المرسلين ਜੰਨਤੀ ਜੰਨਤ ਦੇ ਅੰਦਰ ਨੇ ਅਚਾਨਕ ਉੱਤੇ ਨਜ਼ਰਾਂ ਪਈਆਂ ਨੇ ਉੱਤੇ ਅੱਜ ਨੇ ਜਿਵੇਂ ਤਾਰੇ ਚਮਕ ਰਹੇ ਨੇ ਬੜੇ ਬੜੇ ਤਾਰੇ ਚਮਕ ਰਹੇ ਨੇ ਕਿਆ ਹੀ ਬਾਤ ਹੈ ਸਿਤਾਰੇ ਚਮਕਦੇ ਨਜ਼ਰ ਆ ਰਹੇ ਨੇ ਚਾਰ ਚੁਫੇਰੇ ਅਤੇ ਜੰਨਤੀ ਉਹਨਾਂ ਵੱਲੇ ਵੇਖ ਰਹੇ ਨੇ ਅੱਲਾਹ ਅੱਲਾਹ ਇਹ ਵੀ ਨਬੀ ਪਾਕ ਨੇ ਫਰਮਾਇਆ ਜੰਨਤ ਦੇ ਬਾਲਾ ਖਾਨੇ ਨੇ ਉੱਪਰ ਵੀ ਜੰਨਤਾਂ ਨੇ ਉੱਤੇ ਲੋਕ ਰਹਿ ਰਹੇ ਨੇ ਨਬੀ ਦੇ ਸਿਹਾਬਾਂ ਨੂੰ ਪੁੱਛਿਆ ਅੱਲਾਹ ਦੇ ਨਬੀ ਜੀ ਉੱਪਰ ਨੀਚੇ ਕੀ ਮਤਲਬ ਹੈ ਫਰਮਾਇਆ ਜਿਨ੍ਹਾਂ ਦੇ ਦਰਜੇ ਬਹੁਤੇ ਨੇ ਜਿਨ੍ਹਾਂ ਦੀਆਂ ਅਫਜ਼ਲੀਅਤਾਂ ਜ਼ਿਆਦਾ ਨੇ ਨੇਕ ਜ਼ਿਆਦਾ ਲਾਹੀਅਤ ਜ਼ਿਆਦਾ ਇਮਾਨ ਦੀ ਪੁਖਤਗੀ ਹੈ ਅਮਲ ਦੇ ਅੰਦਰ ਜਾਜ਼ਬੀਅਤ ਹੈ ਅੱਲਾਹ ਉਹਨਾਂ ਨੂੰ ਉੱਤੇ ਰੁਤਬੇ ਅਤਾ ਕਰਨਗੇ ਅੱਲਾਹ ਦੇ ਨਬੀ ਜੀ ਦਿਲ ਕਾ ਮਨਾਜ਼ਿਲ ਅੰਬੀਆ ਉਹ ਜਿਹੜੇ ਮੰਜ਼ਲਾਂ ਨੇ ਉਹ ਜਿਹੜੇ ਬਾਲਾ ਖਾਨੇ ਨੇ ਉਹ ਨਬੀਆਂ ਦੇ ਬਾਲਾ ਖਾਨੇ ਹੋਣਗੇ ਲਾ ਯਬ ਲੋਗੋ ਆ ਗਈ ਰਹੁਮ ਅਤੇ ਨਬੀਆਂ ਦੇ ਇਲਾਵਾ ਉਹਨਾਂ ਦੇ ਅੰਦਰ ਜਾ ਹੀ ਕੋਈ ਨਹੀਂ ਸਕੇਗਾ ਸੋਹਣਿਆ ਇਹਦੀ ਹੈ ਆਮਿਨਾ ਦੇ ਲਾਲ ਨੇ ਫਰਮਾਇਆ ਬਲਾ ਕਿਉਂ ਨਹੀਂ ਵੱਲਾ ਜੀ ਨਫਸੀ ਬਿਆ ਦੇਈ ਮੈਨੂੰ ਉਸ ਜ਼ਾਤ ਦੀ ਕਸਮ ਹੈ ਜਿਹਦੇ ਕਬਜ਼ੇ ਦੇ ਅੰਦਰ ਜਿਹਦੇ ਹੱਥ ਦੇ ਅੰਦਰ ਮੈਂ ਮੁਹੰਮਦ ਦੀ ਜਾਨ ਹੈ ਰਿਜ਼ਾਲ ਨਾਮਨੂ ਬਿੱਲਾ ਵਸਦਾ ਕੁਲ ਮੁਰਸਲੀ
ਨਬੀਆਂ ਦੀਆਂ ਕੋਠੀਆਂ ਹੋਣਗੀਆਂ, ਉੱਥੇ ਨਬੀਆਂ ਦੇ ਮਹੱਲ ਹੋਣਗੇ, ਉੱਥੇ ਨਬੀਆਂ ਦੇ ਬਾਲਾਖਾਨੇ ਹੋਣਗੇ, ਉੱਥੇ ਨਬੀਆਂ ਦੇ ਬਾਗ ਹੋਣਗੇ, ਤੇ ਨਬੀਆਂ ਦੇ ਨਾਲ ਉਹਨਾਂ ਦੇ ਵੀ ਜਿਹੜੇ ਨਬੀਆਂ ਦੇ ਈਮਾਨ ਲੈ ਕੇ ਆਏ ਨੇ, ਜਿਹੜੇ ਨਬੀਆਂ ਤੇ ਈਮਾਨ ਲੈ ਕੇ ਆਏ ਨੇ, ਜਿਹਨਾਂ ਰਸੂਲਾਂ ਦੀਆਂ ਤਸਦੀਕਾਂ ਕੀਤੀਆਂ। ਇੱਥੇ ਮੈਂ ਕੁਰਾਨੇ ਪਾਕ ਦੀ ਆਇਤ ਪੜ੍ਹਾਂ, ਆਵਾਜ਼ ਆਉਂਦੀ ਹੈ ਵਾ ਮਈਓਤੇ ਇਲਾ ਵਰ ਰਸੂਲ ਫਾਉਲਾਇਕ ਮਅਲਦੀਨ ਅਨਅਮ ਅੱਲਾਹੁ ਅਲੈਹਿਮ ਮਿਨਨ ਨਬੀਨ ਵਸਿੱਦੀਕੀਨ ਵਸੁਹਦਾਇ ਵਸਾਲਹੀਨ ਵਹਸਨ ਉਲਾਇਕ ਰਫੀਕਾ। ਜਿਹੜਾ ਅੱਲਾਹ ਤੇ ਉਹਦੇ ਰਸੂਲ ਦੀ ਅਤਾਤ ਕਰਦਾ, ਫਰਮਾਇਆ ਕੱਲ ਕਿਆਮਤ ਦਾ ਦਿਨ ਹੋਏਗਾ, ਉਹ ਨਬੀਆਂ ਦੇ ਨਾਲ ਹੋਏਗਾ, ਉਹ ਸਿੱਦੀਕੀਨ ਦੇ ਨਾਲ ਹੋਏਗਾ, ਸੁਆਦਾ ਤੇ ਨੇਕਾਂ ਦੇ ਨਾਲ ਹੋਏਗਾ। ਆਇਆ ਇਹ ਕੌਣ ਵਾਲਾ ਆਮਿਨਾ ਦੇ ਲਾਲ ਦੇ ਕੋਲ, ਅੱਲਾਹ ਦੇ ਨਬੀ ਜੀ ਨਾਲੇ ਰੋਈ ਜਾਂਦਾ, ਨਾਲੇ ਆਕਾ ਪਾਕ ਦੇ ਕੋਲ ਬੈਠਾ। ਆਕਾ ਫਰਮਾਉਂਦੇ ਨੇ ਕਿਉਂ ਪਿਆ ਰੋਣਾ? ਕਹਿਣ ਲੱਗਾ, ਸੋਹਣਿਆ ਘਰ ਬੈਠੇ ਆ, ਦੁਕਾਨ ਤੇ ਕਾਰੋਬਾਰ ਤੇ, ਬੱਚਿਆਂ ਦੇ ਅੰਦਰ, ਬੀਵੀ ਦੇ ਕੋਲ, ਵਾਲਿਦੈਨ ਦੇ ਕੋਲ, ਭੈਣਾਂ ਪਾਈਆਂ, ਖੇਤੀਬਾੜੀ ਮਾਮਲਾ, ਬਾਜ਼ਾਰ, ਘਰ ਦੇ ਅੰਦਰ, ਅਚਾਨਕ ਦਿਲ ਮਚਣ ਲੱਗ ਪੈਂਦਾ। ਸੋਹਣਿਆ ਜੀ ਨਹੀਂ ਜੇ ਲੱਗਦਾ, ਸੋਹਣਿਆ ਦਿਲ ਨਹੀਂ ਜੇ ਖਲੋਂਦਾ, ਜਦੋਂ ਤੱਕ ਤੁਹਾਡੀ ਜ਼ਿਆਰਤ ਨਹੀਂ ਕਰਦਾ ਮੇਰੇ ਦਿਲ ਨੂੰ ਸਕੂਨ ਨਹੀਂ ਮਿਲਦਾ। ਅੱਲਾਹ ਦੇ ਨਬੀ ਫਰਮਾਉਂਦੇ ਨੇ, ਅੱਜ ਤੇ ਮੇਰੇ ਸਾਹਮਣੇ ਬੈਠਾ ਵੀ ਰੋਈ ਜਾਂਦਾ। ਕਹਿਣ ਲੱਗਾ, ਸੋਹਣਿਓ ਇੰਨੀ ਜ਼ਕਰ ਤੂੰ ਮਉਤੀ ਵਾ ਮਉਤਕ, ਅੱਜ ਮੈਨੂੰ ਤੁਹਾਡਾ ਤੇ ਆਪਣਾ ਆਖਰੀ ਵੇਲਾ ਯਾਦ ਆ ਗਿਆ। ਇੱਕ ਵੇਲਾ ਆਉਣਾ, ਤੁਸੀਂ ਵੀ ਰੱਬ ਦੇ ਕੋਲ ਚਲੇ ਜਾਣਾ, ਮੈਂ ਵੀ ਰੱਬ ਦੇ ਕੋਲ ਚਲੇ ਜਾਣਾ। ਅੱਲਾਹ ਦੇ ਨਬੀ ਜੀ, ਤੁਸੀਂ ਤੇ ਨਬੀਆਂ ਦੇ ਅੰਦਰ ਉੱਚੇ ਮੁਕਾਮਾਤ ਤੇ ਹੋਵੋਗੇ, ਮੈਨੂੰ ਜੰਨਤ ਦੇ ਅੰਦਰ ਪਤਾ ਨਹੀਂ ਕਿੱਥੇ ਕਰਕੇ ਜਗ੍ਹਾ ਲੱਭੇ। ਅੱਲਾਹ ਦੇ ਨਬੀ ਜੀ, ਜੇ ਜੰਨਤ ਦੇ ਅੰਦਰ ਮੇਰਾ ਜੀ ਨਾ ਲੱਗਾ, ਮੇਰਾ ਦਿਲ ਨਾ ਲੱਗਾ, ਤੇ ਮੈਂ ਕੀ ਕਰਾਂਗਾ? ਮੇਰੇ ਪਾਕ ਪੈਗੰਬਰ ਅਜੇ ਖਾਮੋਸ਼ ਨੇ, ਆਸਮਾਨ ਤੋਂ ਜਿਬਰੀਲ ਵਹੀ ਲੈ ਕੇ ਆਏ, ਫਰਮਾਇਆ ਵਮਈ ਫਰਮਾਇਆ, ਜਿਹੜਾ ਅੱਲਾਹ ਦੇ ਰਸੂਲ ਦੀ ਅਤਾਤ ਕਰਦਾ ਹੈ, ਕੱਲ ਕਿਆਮਤ ਨੂੰ ਜੰਨਤ ਨਬੀਆਂ ਦੇ ਨਾਲ। ਇਹ ਕੌਣ ਵਾਲਾ ਆਇਆ ਸੋਹਣਿਆ? ਕਿਆਮਤ ਕਦੋਂ ਆਉਣੀ ਹੈ? ਫਰਮਾਇਆ, ਮਾ ਆਇਦਤ ਤਲਹਾ, ਤੂੰ ਕਿਆਮਤ ਦੀ ਤਿਆਰੀ ਕੀ ਕੀਤੀ? ਆਂਦਾ ਜੀ, ਮੈਂ ਅੱਲਾਹ ਉਹਦੇ ਰਸੂਲ ਨਾਲ ਬੜਾ ਪਿਆਰ ਕਰਨਾ, ਬੜੀ ਮੁਹੱਬਤ ਕਰਨਾ, ਉਹਨਾਂ ਦੇ ਆਖੇ ਲੱਗਣਾ। ਫਰਮਾਇਆ, ਇਨਕਾ ਮਾ ਮਨ ਅਹਬਾਬ, ਉਹ ਕਿਆਮਤ ਜਦੋਂ ਵੀ ਆ ਜਾਏ ਫਿਕਰ ਨਾ ਕਰ, ਜਿਹਨਾਂ ਨਾਲ ਪਿਆਰ ਕਰਨਾ ਜੰਨਤ ਦੇ ਅੰਦਰ ਉਹਨਾਂ ਦੇ ਨਾਲ ਹੋਏ। ਸੁਬਹਾਨ ਅੱਲਾ, ਸੁਬਹਾਨ ਅੱਲਾ, ਅੱਲਾਹ ਆਪਣੀ ਔਰ ਪੈਗੰਬਰ ਦੀ ਮੁਹੱਬਤ ਨਸੀਬ ਫਰਮਾਏ। ਉੱਚੀ ਕਹਿ ਦਿਓ, ਅੱਲਾਹ ਸੋਹਣੇ ਦਾ ਪਿਆਰ ਨਸੀਬ ਫਰਮਾਏ। ਅੱਲਾ ਅੱਲਾ, ਲਓ ਇੱਕ ਔਰ ਹਦੀਸੇ ਪਾਕ ਪੜ੍ਹਾ। ਮੇਰੇ ਤੁਹਾਡੇ ਪੀਰੋ ਮੁਰਸ਼ਦ ਜਨਾਬੇ ਮੁਹੰਮਦ ਸੱਲੱਲਾ ਸੱਲਮ ਨੇ ਫਰਮਾਇਆ, ਇਹ ਤੇ ਨਬੀਆਂ ਦੇ ਬਾਲਾ ਖਾਨੇ ਨੇ, ਇਹ ਤੇ ਨਬੀਆਂ ਦਾ ਦਰਜਾ ਦਰਜਾ ਬਦਰਜਾ, ਤੇ ਉੱਥੇ ਈਮਾਨ ਵਾਲੇ ਵੀ ਨੇ, ਉੱਥੇ ਮੁਤਕੀ ਵੀ ਨੇ, ਨਬੀਆਂ ਦੇ ਨਾਲ ਲਾੜ ਕਰਨ ਵਾਲੇ ਵੀ ਨੇ। ਉਹਦੇ ਤੋਂ ਉੱਤੇ ਕੀ ਹੈ? ਆਮਿਨਾ ਦੇ ਲਾਲ ਫਰਮਾਉਂਦੇ ਨੇ, ਜੋ ਕਿ ਮੇਰੀ ਮੱਕੀ ਮਦਨੀ ਸਰਕਾਰ ਨੇ ਫਰਮਾਇਆ, ਆਕਾ ਫਰਮਾਉਂਦੇ ਨੇ, ਹਜ਼ਰਤ ਅਬੂ ਹੁਰੈਰਾ ਰਵਾਇਤ ਦੇ ਰਾਵੀ ਨੇ, ਅੰਨਾ ਰਸੂਲੱਲਾ ਸੱਲੱਲਾਹੁ ਅਲੈਹਿ ਵਸੱਲਮ ਕਾਲ, ਮੁਸਨਦ ਅਹਿਮਦ ਦੀ ਹਦੀਸ ਹੈ, ਮੇਰੇ ਪਾਕ ਪੈਗੰਬਰ ਅਲੈਹਿ ਸਲਾਮ ਨੇ ਫਰਮਾਇਆ, ਉਹ ਜਦੋਂ ਮੇਰੇ ਤੇ ਦਰੂਦ ਪੜਿਆ ਕਰੋ, ਮੇਰੇ ਵਾਸਤੇ ਰੱਬ ਕੋਲੋਂ ਵਸੀਲੇ ਦਾ ਸਵਾਲ ਕਰਦਿਆ ਕਰੋ।
میرے واسطے رب کو وسیلے دا سوال کریا کرو. وسیلہ کی ہے سنو؟ وسیلے دا سوال کرنا ہے. فرمایا وسیلہ جنت دے اندر سب تو اچا مقام ہے, سب تو اچا بالا خان, سب تو اچھی منزل ہے, سب تو اعلیٰ مقام ہے. وی آئی پی جگہ ہے جڑی صرف ایکو بندے نو ملنی ہے. الا رجل واحد, ایک بندے دی ملکیت دے اندر رب نے دینی ہے. وانا ارجو ان اکون ہوا, مینوں امید ہے کہ وسیلہ بالا خانہ رب نے میں محمد دے نام لا دیتا ہے. سبحان اللہ سبحان اللہ. آئے ایک اور حدیث پڑھنا چاہنا. حضرت جابر روایت دراوی نے, بخاری اندر حدیث ہے. ان جابر ابن عبداللہ رضی اللہ تعالی ان, تیرا ایمان کرمانا چاہنا, توجہ کرنا, حدیث پاک پڑھ کے نبی دیا گلا سننا ہے. اور کملیا تینوں اندازہ ہی نہیں اے نبی دے منہ جو نکلے الفاظ نے. اللہ پاک دی قسم, ایک ایک حرف دی قیمت اگر میری جان ہوئے, جان لوٹا دیا ایک ایک حرف نہ پیا کرا. لا توجہ کر, اللہ محبت نصیب فرمائے. اچھی کہا دیو کیتے تلے بندے نہیں, اللہ نبی دی حدیث دی محبت نصیب. توجہ فرمانا. آمینہ دلال نے فرمایا صحیح بخاری اندر, ان جابر ابن عبداللہ رضی اللہ عنہ ان رسول اللہ صلی اللہ علیہ وسلم قال من قال حين يسمع النداء اللهم رب هذه الدعوة التامة والصلاة القائمة آت محمدا الوسيلة والفضيلة وابعثه مقاما محمودا الذي وعدا حلت له شفاعتي يوم القيامة. میرے ہاتھ قرآن ہے, مینوں قرآن دی قسم ہے وسیلہ آمینہ دے لال دا ہے.